ਅਵਾਰਾ ਪਸ਼ੂ ਜਿੱਥੇ ਹਾਦਸਿਆਂ ਦਾ ਕਾਰਨ ਬਣਦੇ ਜਾ ਰਹੇ ਨੇ ਉੱਥੇ ਹੀ ਅਵਾਰਾ ਪਸ਼ੂ ਕਿਸਾਨਾਂ ਦੀਆਂ ਫਸਲਾਂ ਦਾ ਵੀ ਵੱਡਾ ਨੁਕਸਾਨ ਕਰਦੇ ਨੇ ਅਤੇ ਇਸ ਦਾ ਕੋਈ ਸਥਾਈ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਅਵਾਰਾ ਪਸ਼ੂਆਂ ਤੋਂ ਅੱਕੇ ਪਿੰਡ ਹੁਸਨਰ ਦੇ ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਪਿੰਡ ਵਿੱਚ ਘੁੰਮਦੇ ਕਰੀਬ 200 ਅਵਾਰਾ ਪਸ਼ੂਆਂ ਨੂੰ ਪਿੰਡ ਦੀ ਪ੍ਰਾਇਮਰੀ ਸਕੂਲ ਵਿੱਚ ਬੰਦ ਕਰ ਦਿੱਤਾ ਅਤੇ ਪਿੰਡ ਦੇ ਪ੍ਰਾਇਮਰੀ ਸਕੂਲ ਨੂੰ ਪਿੰਡ ਦੇ ਡੇਰਾ ਬਾਬਾ ਗੰਗਾ ਰਾਮ ਜੀ ਵਿਖੇ ਸ਼ਿਫਟ ਕਰ ਦਿੱਤਾ। ਪਰ ਪਿੰਡ ਵਿੱਚ ਕਿਸ ਵਿਅਕਤੀ ਨੇ ਪਸ਼ੂਆਂ ਨੂੰ ਸਕੂਲ ਵਿੱਚ ਬੰਦ ਕੀਤਾ ਇਸ ਬਾਰੇ ਅਜੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਅਤੇ ਕੋਈ ਵੀ ਪਿੰਡ ਵਾਸੀ ਇਸ ਮਾਮਲੇ ਤੇ ਬੋਲਣ ਨੂੰ ਤਿਆਰ ਨਹੀਂ ਹੈ। ਜੀ ਸਕੂਲ ਚ ਜੀ ਪਸ਼ੂ ਸੀ ਜੀ। ਕਿੰਨੇ ਪਾਲੇ ਉਸ ਨੂੰ? ਜੀ ਆ ਨਹੀਂ ਪਤਾ ਜੀ। ਕਿੰਨੀ ਕੁ ਪੜਾਈ ਦਾ ਨੁਕਸਾਨ ਹੋਇਆ ਤੇ? ਜੀ ਬਹੁਤ ਜੀ। ਜੀ ਜੀ ਸ਼ਨਪ੍ਰੀਤ ਕੌਰ। ਸਕੂਲ ਜਿਹੜਾ ਤੁਹਾਡਾ ਇੱਥੇ ਕਿਉਂ ਲਾਇਆ? ਉੱਥੇ ਕਿਉਂ ਲਾਇਆ ਜੀ? ਕਿਉਂਕਿ ਇਸ ਲਈ ਨਾ ਉੱਥੇ ਗਾਵਾਂ ਨਾਲ ਛੱਡੀਆਂ ਹੋਈਆਂ ਸੀ, ਇਸ ਲਈ ਨਾ ਸਾਡਾ ਸਕੂਲ ਇੱਥੇ ਬੰਦ ਸੀਗਾ। ਉੱਥੇ ਉੱਥੇ ਗਾਵਾਂ ਕਾਹਤੋਂ ਛੱਡੀਆਂ ਜੀ? ਕਿਉਂਕਿ ਉਹਨਾਂ ਨੇ 12 ਪਸ਼ੂ ਨਾਲ ਗਾਂ ਛੱਡਣ ਜਾਣੇ ਸੀ, ਇਸ ਲਈ ਛੱਡੀਆਂ ਸੀ। ਉੱਥੇ ਇਕੱਠੀਆਂ ਕੀਤੀਆਂ ਸੀ ਸਾਰੀ। ਕਿੰਨੇ ਦਿਨਾਂ ਤੋਂ? ਜੀ ਇਹ 2 ਦਿਨ ਹੋ ਗਏ ਜੀ। ਤੁਹਾਡਾ ਸਕੂਲ ਇੱਥੇ ਲੱਗ ਰਿਹਾ? ਹਾਂਜੀ। ਕੋਈ ਨੁਕਸਾਨ ਹੋਇਆ ਤੁਹਾਡੇ ਪੜ੍ਹਾਈ ਦਾ ਉਹਦੇ ਕਰਕੇ? ਜੀ ਨਹੀਂ ਜੀ। ਮੇਰਾ ਨਾਮ ਇੰਦਰ ਕੌਰ ਜੀ। ਕਿਸ ਸਕੂਲ ਇੱਥੇ ਲਾਏ ਡੇਰੇ ਜੀ? ਉੱਥੇ ਜੀ 12 ਪਸ਼ੂ ਤੰਗ ਕਰਦੇ ਸੀ ਜੀ, ਤਾਂ ਕਰਕੇ ਲਾਉਣਾ ਪਿਆ ਸੀ। ਇਹ 12 ਪਸ਼ੂ ਕਿੰਨੇ ਕਿ ਕਿੰਨੇ ਤੁਹਾਡੇ ਸਕੂਲ ਦੇ ਵਿੱਚ ਇੰਨੇ ਤੜਕੇ? ਨਹੀਂ ਜੀ ਸਾਨੂੰ ਨਹੀਂ ਪਤਾ ਜੀ, ਪੰਚਾਇਤ ਨੂੰ ਪਤਾ। ਕਿੰਨੇ ਦਿਨਾਂ ਚ ਸਕੂਲ ਆਇਆ ਜੀ? ਕਿੰਨੇ ਦਿਨਾਂ ਦੇ? ਅੱਜ ਹੀ ਲਾਇਆ ਜੀ ਪਹਿਲੇ ਦਿਨ। ਬੱਚੇ 2 ਦਿਨ ਕਹਿ ਰਹੇ ਲਗਾਤਾਰ? 2 ਦਿਨ? ਨਾ ਜੀ ਨਾ ਜੀ, ਅੱਜ ਹੀ ਲਾਇਆ ਜੀ। 2 ਤਾਂ ਛੁੱਟੀਆਂ ਸੀ। ਨਹੀਂ ਛੁੱਟੀਆਂ ਸੀ ਜੀ, 2 ਅੱਜ ਹੀ ਲਾਇਆ ਜੀ। ਅੱਜ ਹੀ ਲਾਇਆ, ਕਹਿੰਦੇ ਅਸੀਂ ਫਿਰ ਖਾਲੀ ਕਰ ਦਿਆਂਗੇ ਬਸ। ਹਾਂਜੀ ਖਾਲੀ ਕਰ ਦਿਆਂਗੇ ਜੀ, ਅੱਜ ਹੀ ਲਾਇਆ ਜੀ। ਕਿ ਜੋ ਅਵਾਰਾ ਗੋਧਨ ਹੈ ਉਸਕੋ ਸ਼ਿਫਟ ਕਰਨੇ ਕੀ ਸਰਕਾਰੀ ਗਊਸ਼ਾਲਾ ਮੁਹਿੰਮ ਚਲਾਈ ਜਾ ਰਹੀ ਹੈ। ਸੋ ਹੁਸਨਰ ਗਾਓ ਮੇਂ ਕੁਛ ਵਿਅਕਤੀਓਂ ਨੇ ਕਿਹਾ ਕਿਆ ਕਿ ਸਰਕਾਰੀ ਸਕੂਲ ਮੇਂ ਗਾਓ ਇਕੱਠੇ ਕਰ ਲੀਏ, ਇਹ ਸੋਚ ਗਾਓ ਕੇ ਸਰਕਾਰੀ ਸਕੂਲ ਮੇਂ ਕੁਛ ਪਸ਼ੂਧਨ ਇਕੱਠਾ ਕਰ ਲਿਆ, ਇਹ ਸੋਚ ਕੇ ਕਿ ਸਰਕਾਰੀ ਗਊਸ਼ਾਲਾ ਮੇਂ ਇਨਕੋ ਸ਼ਿਫਟ ਕੀਆ ਜਾਏਗਾ। ਔਰ ਜੈਸੀ ਇਸਕੀ ਬਾਰੇ ਮੇਂ ਹਮੇਂ ਸੂਚਨਾ ਮਿਲੀ, ਹਮਨੇ ਬੀ ਡੀ ਓ ਕੋ ਤੁਰੰਤ ਕਾਰਵਾਈ ਕਰਨੇ ਕੇ ਲੀਏ ਕਹਾ ਹੈ ਕਿ ਤੁਰੰਤ ਕਾਰਵਾਈ ਕੀ ਜਾਏ। ਔਰ ਸਰਪੰਚ ਸੇ ਵੀ ਬਾਤ ਕਰੀ, ਅਬ ਸਕੂਲ ਮੇਂ ਸੇ ਸਾਰੇ ਜੋ ਗੋਧਨ ਹੈ ਵੋ ਬਾਹਰ ਕਰ ਦਿਆ ਗਿਆ ਹੈ ਔਰ ਜਲਦੀ ਇਸਕੋ ਸ਼ਿਫਟ ਕਰ ਦਿਆ ਜਾਏਗਾ। ਬੱਚੋਂ ਕਹਾਂ ਸ਼ਿਫਟ ਕਰ ਰੱਖਾ ਉਸ ਤਰ੍ਹਾਂ ਟਾਈਮ? ਬੱਚੇ ਵਾਪਸ ਸਕੂਲ ਮੇਂ ਆ ਗਏ ਹਨ ਜੀ ਸਾਰੇ। ਗਿੱਦੜਵਾਹਾ ਤੋਂ ਸੋਨੀ ਡੱਲਾ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ।